ਜਲੰਧਰ ਬੈਸਟ ਬਾਈ ਇਲੈਕਸ਼ਨ ਹੋ ਰਿਹਾ, 10 ਤਰੀਕ ਨੂੰ ਵੋਟਾਂ ਪੈਣੀਆਂ, ਅੱਜ 5 ਤਰੀਕ ਹੈ। ਤੁਸੀਂ ਆਪ ਸਮਝ ਸਕਦੇ ਹੋ ਵੀ ਸਿਰਫ 3 ਦਿਨ ਰਹਿ ਗਏ, ਇਸ ਕਰਕੇ ਚੁਣਾਵ ਜਿਹੜਾ ਪੂਰੀ ਤਰ੍ਹਾਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ। ਬੀਜੇਪੀ ਦੇ ਸ਼ੀਤਲ ਅੰਗਰਾਲ ਜੀ ਜਿਹੜੇ ਆ ਇੱਥੋਂ ਉਮੀਦਵਾਰ ਹੈਗੇ ਆ, ਔਰ ਸ਼ੀਤਲ ਅੰਗਰਾਲ ਜੀ ਦੇ ਹੱਕ ਵਿੱਚ ਵੱਖ ਵੱਖ ਜ਼ਿਲ੍ਹਿਆਂ ਤੋਂ ਜਿਹੜੇ ਕਾਰਜਕਰਤਾ ਬੀਜੇਪੀ ਦੇ, ਉਹ ਬਹੁਤ ਵੱਡੀ ਸੰਖਿਆ 'ਚ ਜਲੰਧਰ ਵੈਸਟ 'ਚ ਪਹੁੰਚ ਰਹੇ ਨੇ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਵੀ ਉਹ ਇੱਥੇ ਪ੍ਰਚਾਰ ਲਈ ਆਏ ਨੇ, ਕਿਸ ਤਰ੍ਹਾਂ ਦਾ ਮਾਹੌਲ ਦੇਖ ਰਹੇ ਨੇ, ਕਿਸ ਤਰ੍ਹਾਂ ਦੀ ਉਹਨਾਂ ਨੂੰ ਉਮੀਦ ਲੱਗਦੀ ਹੈ। ਸਰ ਥੋੜ੍ਹਾ ਪਹਿਲਾਂ ਤਾਂ ਆਪਣੇ ਬਾਰੇ ਦੱਸੋ। ਮੈਂ ਰੋਹਿਤ ਅਗਰਵਾਲ, ਰਾਈਸ ਸਟੇਟ ਸੈੱਲ ਦਾ ਕਨਵੀਨਰ ਆ ਪੰਜਾਬ ਦਾ ਜੀ। ਸਾਡੇ ਇੱਥੇ 5000 ਦੇ ਕਰੀਬ ਰਾਈਸ ਇੰਡਸਟਰੀ ਆ ਜੀ। ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿਸਾਨ ਅਤੇ ਰਾਈਸ ਸਟੇਟ ਇੰਡਸਟਰੀ, ਸਾਡਾ 9 ਮਾਰਚ ਦਾ ਆਪਸ 'ਚ ਰਿਸ਼ਤਾ ਜੀ। ਅੱਜ ਕਿਸਾਨ ਕਿਸੇ ਗੱਲ 'ਚ ਧਰਨੇ 'ਤੇ ਬੈਠਾ ਅਤੇ ਉਹਦੇ ਕਰਕੇ ਸਾਡੀ ਇੰਡਸਟਰੀ ਖਰਾਬ ਹੋ ਰਹੀ ਆ, ਤਾਂ ਇਹਦੇ ਬਾਰੇ ਅਸੀਂ ਤੁਹਾਡੇ ਚੈਨਲ ਰਾਹੀਂ ਕੀ ਗੱਲਾਂ ਕਰਨੀਆਂ ਚਾਹੁੰਦੇ ਹਾਂ। ਮੈਂ ਇਹ ਜਾਣਨਾ ਚਾਹ ਰਿਹਾ ਸੀ, ਦੇਖੋ ਇਸ ਟਾਈਮ ਚੁਣਾਵ ਪ੍ਰਚਾਰ ਜਿਹੜਾ ਬੜੇ ਜ਼ੋਰਾਂ ਸ਼ੋਰਾਂ ਨਾਲ ਆ, ਤੁਸੀਂ ਉਹਨਾਂ ਸ਼ੀਤਲ ਅੰਗਰਾਲ ਜੀ ਦੇ ਹੱਕ 'ਚ, ਤੁਸੀਂ ਬੀਜੇਪੀ ਦੇ ਕਾਰਜਕਰਤਾ, ਉਹਨਾਂ ਦੇ ਹੱਕ ਵਿੱਚ ਤੁਸੀਂ ਪ੍ਰਚਾਰ ਕਰਨ ਆਏ ਹੋ, ਕਿਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ? ਦੇਖੋ ਅਸੀਂ ਜਦੋਂ ਦੇ ਅਸੀਂ ਇੱਥੇ 3-4 ਦਿਨ ਤੋਂ ਪ੍ਰਚਾਰ ਕਰਨ ਲੱਗੇ ਹੋਏ ਹਾਂ, ਅਸੀਂ ਬਾਲਮੀਕੀ ਬਸਤੀਆਂ 'ਚ ਜਾ ਰਹੇ ਹਾਂ, ਗੇਜਾ ਰਾਮ ਜੀ ਸਾਡੇ ਨਾਲ ਇੱਥੇ ਆਏ ਹੋਏ ਆ, ਜਿਹੜੇ ਫਤਿਹਗੜ੍ਹ ਸਾਹਿਬ ਤੋਂ MP ਖੜ੍ਹੇ ਹੋਏ ਸੀ ਜੀ, ਅਤੇ ਉਹਨਾਂ ਦਾ ਪ੍ਰਭਾਵ ਬਹੁਤ ਆ। ਤੁਸੀਂ ਡੋਰ ਟੂ ਡੋਰ ਜਾਂਦੇ ਆ, ਜਿਹੜੀਆਂ ਮੋਦੀ ਜੀ ਦੀਆਂ ਪੋਲਿਸੀਆਂ MP ਦੇ ਜਦੋਂ ਹੋਈ ਸੀ ਤਾਂ ਉਹਦੇ ਵਿੱਚ ਕੁਝ ਰਹਿ ਗਈਆਂ ਸੀ ਗੱਲ ਕਰਨੀ, ਜਦੋਂ ਗੱਲ ਕਰਦੇ ਹਾਂ ਤਾਂ ਬਥੇਰਾ ਅੰਗਾਰਾ ਮਿਲ ਰਿਹਾ ਸਾਨੂੰ ਵੀ ਮੋਦੀ ਜੀ ਜਿੱਦਾਂ ਆਯੁਸ਼ਮਾਨ ਕਾਰਡ ਬਾਰੇ ਜਾਂ ਲੋਨ ਬਾਰੇ, ਤਾਂ ਅੱਜ ਸਾਨੂੰ ਉਮੀਦ ਆ ਵੀ ਸਾਨੂੰ ਵੋਟ ਬੈਂਕ ਸਾਡਾ ਵੱਧ ਰਿਹਾ ਬਹੁਤ ਜ਼ਿਆਦਾ। ਸਰ ਤੁਸੀਂ ਵੀ ਜਾ ਰਹੇ ਹੋ ਤਾਂ ਲੋਕ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ? ਕਿਉਂਕਿ ਬਸਤੀਆਂ 'ਚ ਜਾਣਾ, ਜਿਹੜਾ ਬੰਦਾ ਜਾ ਰਿਹਾ ਹੁੰਦਾ ਉਹਨੂੰ ਹਰ ਤਰ੍ਹਾਂ ਦੀ ਗੱਲ ਕਰਨੀ ਵੀ ਪੈਂਦੀ ਹੈ, ਸੁਣਨੀ ਵੀ ਪੈਂਦੀ ਆ, ਕਿਸ ਤਰ੍ਹਾਂ ਦੀ ਜਿਹੜੇ ਇੱਥੇ ਦੇ ਲੋਕ ਹੈਗੇ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਆ? ਸਰ ਜੋ ਇਸ ਟਾਈਮ ਮੋਦੀ ਸਰਕਾਰ ਪੂਰੇ ਭਾਰਤ ਵਿੱਚ ਕੰਮ ਕਰ ਰਹੀ ਹੈ, ਉਸ ਦੇ ਕੰਮਾਂ ਨੂੰ ਦੇਖਦੇ ਪੰਜਾਬ ਦੇ ਹਾਲਾਤ ਵੀ ਬਹੁਤ BJP ਵੱਲ ਨੂੰ ਆ ਰਹੇ ਨੇ, ਇਸ ਕਰਕੇ ਜੋ ਸ਼ੀਤਲ ਅੰਗਰਾਲ ਜੀ ਆ ਉਹ ਬੜੇ ਹੀ ਮਾਰਜਨ ਨਾਲ ਜਿੱਤਣਗੇ ਔਰ ਬਹੁਤ ਵਧੀਆ ਜਿੱਤ ਪ੍ਰਾਪਤ ਹੈ। ਤੁਹਾਡਾ ਕੀ ਮੰਨਣਾ ਜੀ? ਮੇਰਾ ਮੰਨਣ ਤਾਂ ਇਹੀ ਹੈ ਜੀ, ਬਹੁਤ ਵਧੀਆ ਮੀਟਿੰਗ ਕਰ ਰਹੀ ਹੈ ਜੀ, ਵਾਰਡ ਦੇ ਵਿੱਚ ਜਾ ਰਹੇ ਹਾਂ, ਹਰ ਘਰ ਘਰ ਜਾ ਰਹੇ ਹਾਂ, ਬਹੁਤ ਵਧੀਆ ਸਾਨੂੰ ਸਹਿਯੋਗ ਮਿਲ ਰਿਹਾ ਵਾ ਲੋਕਾਂ ਦਾ, ਲੋਕ ਦਾ ਦੋਨੇ ਹੱਥਾਂ ਨਾਲ ਜੈ ਸ਼੍ਰੀ ਰਾਮ ਭਾਰਤ ਮਾਤਾ ਕੀ ਜੈ ਕਹਿ ਕੇ BJP ਨੂੰ ਵੋਟ ਪਾਉਣਗੇ, ਮੋਦੀ ਦਾ ਮਜ਼ਬੂਤ ਕਰਨਗੇ। ਤੁਹਾਨੂੰ ਲੱਗਦਾ ਵੀ ਸ਼ੀਤਲ ਅੰਗਰਾਲ ਜੀ ਇੱਥੋਂ ਸੀਟ ਕੱਢ ਲੈਣਗੇ? ਬਿਲਕੁਲ ਕੱਢਣਗੇ ਜੀ, ਲੋਕਾਂ ਨੂੰ ਪਤਾ ਲੱਗਿਆ, ਤਾਜ਼ਾ ਪਤਾ ਲੱਗਿਆ ਕਿ MP ਟਾਈਮ ਜਿਹੜੀ ਅਸੀਂ ਗਲਤੀ ਕਰਦੀ ਹੈ ਅਸੀਂ ਉਹ ਗਲਤੀ ਨਾ ਦੁਹਰਾਈਏ, ਉਹ ਪਛਤਾ ਰਿਹਾ ਕਿ ਅਸੀਂ ਵੋਟਾਂ ਕਿੱਧਰ ਪਾ ਦੀਆਂ ਅਤੇ ਸਰਕਾਰ ਦੁਆਰਾ ਮੋਦੀ ਸਾਹਿਬ ਦੀ ਬਣ ਗਈ ਹੈ ਅਤੇ ਸਾਡੇ ਇੱਥੋਂ MP ਨਹੀਂ ਮਿਲ ਪਾਇਆ, ਘੱਟੋ ਘੱਟ ਅਸੀਂ MLA ਤਾਂ ਦਈਏ। ਉਹਦੇ ਨਾਲ ਲੋਕਾਂ 'ਚ ਬਹੁਤ ਜ਼ਿਆਦਾ ਬਦਲਾਵ ਦੇਖਿਆ ਜਾ ਰਿਹਾ, ਲੋਕ ਉਹ ਗਲਤੀ ਸੁਧਾਰਨਾ ਚਾਹੁੰਦੇ ਜੀ, ਹੁਣ ਉਹ ਚਾਹੁੰਦੇ ਸੀ BJP ਵੋਟ, ਜਿੱਦਾਂ ਕਹਿ ਰਹੇ ਵੀ ਗਲਤੀ ਸੁਧਾਰਨਾ ਚਾਹੁੰਦੇ ਆ, ਪਰ ਸ਼ੀਤਲ ਅੰਗਰਾਲ ਜੀ ਜਦੋਂ ਜਿੱਤ ਜਾਂਦੇ ਆ ਤਾਂ ਉਹ ਤਾਂ ਵਿਰੋਧੀ ਧਿਰ 'ਚ ਬੈਠਣਗੇ, ਜਦੋਂ ਉਹ ਸੱਤਾ 'ਚ ਰਹਿ ਕੇ ਕੰਮ ਨਹੀਂ ਕਰਾ ਪਾਏ ਤਾਂ ਵਿਰੋਧੀ ਧਿਰ 'ਚ ਕਿੱਦਾਂ ਕੰਮ ਕਰਾਉਣਗੇ? ਦੇਖੋ ਜੀ, ਜੇ ਸੱਤਾ ਦੇ ਵਿੱਚ ਸਮਾਂ ਤਾਂ ਹਰ ਇੱਕ ਬੰਦੇ ਨੂੰ ਲੱਗਦਾ ਵਾ ਜੀ, ਠੀਕ ਹੈ ਨਾ ਜੀ, ਮੌਕੇ 'ਤੇ ਚੱਲ ਕੇ ਆ, ਹੁਣ ਤੁਸੀਂ ਸਾਡੇ ਪੰਜਾਬ ਦੇ ਮੁੱਖ ਮੰਤਰੀ 'ਤੇ ਲਾ ਲਓ ਫਿਰ ਜੀ, ਮੁੱਖ ਮੰਤਰੀ ਲੋਕਾਂ ਨੂੰ ਪੰਜਾਬੀ ਸਿਖਾਉਂਦੇ ਸਿਖਾਉਂਦੇ ਆਪ ਹੀ ਭੁੱਲ ਗਏ। ਪੰਜਾਬ ਦੇ ਵਿੱਚ ਮਾਸਟਰ ਦਾ ਮੁੰਡਾ ਹੋ ਕੇ ਜੀ, ਸਭ ਤੋਂ ਵੱਡੀ ਗੱਲ ਮੁੱਖ ਮੰਤਰੀ ਪੰਜਾਬ ਹੋ ਕੇ ਜੀ, ਲੋਕਾਂ ਨੂੰ ਅਸੀਂ ਪੰਜਾਬੀ ਸਿਖਾ ਰਹੇ ਕਿ ਪੰਜਾਬੀ ਦੇ ਬੋਰਡ ਲਾਓ ਜੀ, ਆਪਣੇ ਤੋਂ ਤਾਂ ਆਪਾਂ ਹਿੰਦੀ ਸ਼ੁਰੂ ਕਰਦੇ ਜੀ, ਉੱਥੇ ਕੀ ਹੋ ਜਾਂਦਾ ਜੀ ਕਾਂਗਰਸ ਇਹਨਾਂ ਨੂੰ ਝਾੜੂ ਵਾਲਿਆਂ ਨੂੰ। ਸਮਾਂ ਹਰ ਇੱਕ ਨੂੰ ਲੱਗਦਾ ਸਟੈਂਡ ਕਰਨ ਲਈ ਜੀ, ਸਾਡੇ ਅੰਗਰਾਲ ਸਾਹਿਬ ਜਿਹੜੇ ਹੈਗੇ ਨੇ ਸੀਤਲ ਸਾਹਿਬ, ਸਮੇਂ ਦੇ ਮੁਤਾਬਕ ਆਪਣੀਆਂ ਜਿਹੜੀਆਂ ਗਲਤੀਆਂ ਹਰ ਇੱਕ ਇਨਸਾਨ ਤੋਂ ਹੁੰਦੀਆਂ ਜੀ, ਸੁਧਾਰਨਗੇ, ਪੂਰਾ ਸੁਧਾਰਨਗੇ, ਕੰਮ ਸਟੈਂਡ ਨਾਲ ਕਰਨਗੇ। ਔਰ ਜੋ ਪੰਜਾਬ ਦੇ ਵਿੱਚ ਇਸ ਟਾਈਮ
ਲਹਿਰ ਚੱਲ ਰਹੀ ਹੈ ਬੀਜੇਪੀ ਦੀ, ਬਹੁਤ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਜਿਸ ਤਰ੍ਹਾਂ ਕਿ ਸਾਡੇ ਰਮਨੀਤ ਸਿੰਘ ਬਿੱਟੂ ਸਾਹਿਬ ਪੰਜਾਬ ਲਈ ਅੱਗੇ ਤੋਂ ਵੱਧ ਚੜ੍ਹ ਕੇ ਜੋ ਵੀ ਇੰਡਸਟਰੀਜ਼ ਵਗੈਰਾ ਜੋ ਸਾਡੇ ਇੱਥੇ ਦੇ ਸੰਵਿਧਾਨ ਦੇ ਵਿੱਚ ਆ ਰਹੇ ਨੇ ਪ੍ਰੋਗਰਾਮ ਤੋਂ ਵਧੀਆ ਲਿਖੇ ਜਾਣਗੇ। ਮਤਲਬ ਤੁਸੀਂ ਦੇਖੋ ਮਤਲਬ ਸ਼ੀਤਲ ਗੁਰਾਲ ਜੀ ਇੱਥੋਂ ਇਲੈਕਸ਼ਨ ਲੜ ਰਹੇ ਨੇ ਔਰ ਬੀਜੇਪੀ ਦੇ ਵਰਕਰਾਂ ਵਿੱਚ ਪੂਰਾ ਉਤਸ਼ਾਹ, ਤੁਹਾਡਾ ਕੀ ਕਹਿਣਾ ਜੀ? ਮੇਰਾ ਕਹਿਣਾ ਇਹੀ ਹੈ ਜੀ, ਅਸੀਂ ਬੜੇ ਉਤਸ਼ਾਹ ਨਾਲ ਆਏ ਹਾਂ, ਸਾਡੀ ਟੀਮ ਜਗਰਾਉਂ ਤੋਂ ਆਈ ਹੈ। ਇਸ ਪੋਜ਼ਿਟਿਵ ਵੇ ਨਾਲ ਸਾਰਾ ਕੁਝ ਦੇਖਦੇ ਹੋਏ ਅਸੀਂ ਬੜੇ ਹੁਲਾਰੇ ਨਾਲ ਆਏ ਹਾਂ, ਕਿ ਜਿਹੜੀ ਚੀਜ਼ ਲੋਕਾਂ ਨੇ ਸ਼ੈਂਟੀ ਭਾਅ ਜੀ ਨੇ ਜਿਵੇਂ ਦੱਸਿਆ MP ਦੇ ਵਿੱਚ ਜਿਹੜੀ ਉਹ ਸੀਟ ਹਾਰ ਕੇ ਜਲੰਧਰ ਦੇ ਵਿੱਚੋਂ ਲੋਕਾਂ ਨੂੰ ਪਛਤਾਵਾ ਹੋ ਰਿਹਾ, ਸਾਰੇ ਬੰਦੇ MLA ਦੇ ਲਈ ਸਾਡੇ ਨਾਲ ਖੜ੍ਹੇ ਆ। ਔਰ ਅਸੀਂ ਦੇਖਿਆ ਪੂਰਾ ਇਸ ਟਾਈਮ ਹਰ ਬੰਦਾ ਇਹੀ ਚੀਜ਼ ਮਤਲਬ ਮਨ ਦੇ ਵਿੱਚ ਲੈ ਕੇ ਚੱਲ ਰਿਹਾ ਵਾ ਵੀ ਆਹ ਸੀਟ ਆ ਜਿਹੜੀ ਅਸੀਂ ਚਾਹੇ ਆਪਾਂ ਇੱਕ ਗੱਲ ਤੁਸੀਂ ਹੁਣ ਕਹੀ ਆ ਬੜੀ ਵਧੀਆ ਵੀ ਜੇ ਵਿਪਕਸ਼ 'ਚ ਬਹਿ ਕੇ ਇੱਕ MLA ਕੀ ਕਰੂਗਾ, ਇੱਕ ਬੰਦਾ ਚਾਹੇ ਗੱਲ ਚੱਕਣ ਵਾਲਾ ਹੋਣਾ ਚਾਹੀਦਾ, ਚਾਹੇ ਉਹ ਸਿੰਗਲ ਕਿਉਂ ਨਾ ਬੰਦਾ ਹੋਵੇ, ਉਹਦੀਆਂ ਗੱਲਾਂ 'ਚ ਦਮ ਹੋਣਾ ਚਾਹੀਦਾ, ਇਕੱਲਾ ਬੰਦਾ ਵੀ ਬਹੁਤ ਕੁਛ ਕਰ ਸਕਦਾ ਹੈ। ਬਸ ਇਹੀ ਕਹਿੰਦੇ ਹੋਏ ਜੈ ਸ਼੍ਰੀ ਰਾਮ, ਅਸੀਂ ਜਿੱਤ ਦੇ ਰਾਹ 'ਤੇ ਜਾ ਰਹੇ ਹਾਂ ਔਰ ਜਿੱਤਾਂਗੇ ਜ਼ਰੂਰ। ਮਤਲਬ ਤੁਸੀਂ ਦੇਖੋ ਕਹਿੰਦੇ ਵੀ ਇਕੱਲਾ ਬੰਦਾ ਵੀ ਬਹੁਤ ਕੁਛ ਕਰ ਸਕਦਾ, ਇਹ ਕੋਈ ਗਲਤ ਗੱਲ ਨਹੀਂ ਹੈ, ਇਕੱਲਾ ਬੰਦਾ ਬਿਲਕੁਲ ਬਹੁਤ ਕੁਛ ਕਰ ਸਕਦਾ। ਔਰ ਇਸੇ ਉਮੀਦ ਨਾਲ ਇਹਨਾਂ ਨੂੰ ਵੀ ਪੂਰੀ ਉਮੀਦ ਹੈਗੀ ਆ ਕਿ ਇੱਥੋਂ ਜਿਹੜੀ BJP ਦੀ ਜਿੱਤ ਹੋਏਗੀ ਔਰ ਸ਼ੀਤਲ ਗੁਰਾਲ ਜੀ ਇੱਕ ਵਾਰੀ ਫਿਰ ਪੰਜਾਬ ਵਿਧਾਨ ਸਭਾ ਜ਼ਰੂਰ ਪਹੁੰਚਣਗੇ। ਮੈਂ ਦਿਨੇਸ਼ ਕੋਲ ਕੈਮਰਾਮੈਨ ਸੁਮਿਤ ਦੇ ਨਾਲ ਦੈਨਿਕ ਸਵਾ ਟੀਵੀ ਲਈ ਜਲੰਧਰ ਤੋਂ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ TV, ਯੂਟਿਊਬ, ਫੇਸਬੁੱਕ, ਇੰਸਟਾਗ੍ਰਾਮ, X ਔਰ WhatsApp ਚੈਨਲ ਪਰ।